14 ਦਾ ਖਾਲਿਕ ਤੁਹਾਡਾ ਤੋਰਾ ਕਬੂਲ ਫਰਮਾਵੇ, ਕਿਬਲਾ ਸਾਹਿਬ ਦੀ ਥੋੜ੍ਹੀ ਵਿੱਚ ਆਈ। ਮੈਥੋਂ ਪਹਿਲੇ ਜਿਹੜੇ ਡਿਪਟੀ ਡੇ ਗਏ ਨੇ, ਅੱਲਾ ਉਹਨਾਂ ਦੀ ਜ਼ਿੰਦਗੀ ਦਰਾਜ ਫਰਮਾਵੇ। ਜਿਹੜੇ ਬਾਅਦ ਵਿੱਚ ਡੇ ਸਿੰਘ ਮਾਲਿਕ, ਉਹਨਾਂ ਦੀ ਜ਼ਿੰਦਗੀ ਦਰਾਜ ਫਰਮਾਵੇ। ਅਜ਼ੀਜ਼ ਸਮਰ ਬਾਸ ਔਰ ਜੁਮਲਾ ਮੋਮਨੀਨ ਦੀ ਅੱਲਾ ਜ਼ਿੰਦਗੀ ਦਰਾਜ ਫਰਮਾਵੇ। ਸਾਡੀ ਲੱਖਾਂ ਅਤੇ ਕਰੋੜਾਂ ਦੀ ਦੁਆ ਹੈ, ਪਹਿਲੀ ਔਰ ਆਖਰੀ ਸਾਡੇ ਬਾਰਵੇਂ ਸਰਕਾਰ ਦਾ ਜਲ ਜ਼ਹੂਰ ਫਰਮਾ। ਗੁਨਾਹਗਾਰ ਹੈ ਕਰੀਮ ਹੈ, 14 ਦਾ ਵਾਸਤੇ ਹੀ ਸਾਡੀ ਦੁਆ ਮਨਜ਼ੂਰ ਫਰਮਾ। ਇੱਕ ਸਲਵਾਤ ਪੜ੍ਹੋ ਚਾ 14 ਦੀ ਦੁਆ। ਰਹਿਮਤ ਦੀ ਬਾਰਿਸ਼ ਵਾਸਤੇ ਇੱਕ ਸਲਵਾਤ। ਅੱਲਾਹੁਮਾ ਸੱਲਿ। ਕੋਈ ਲੰਬੀ ਮਜਲਿਸ ਨਹੀਂ, ਫਕਤ ਬਾਰਵੇਂ ਕੋਲ ਲਿਸਟ ਵੈਸੀ, ਮੈਂ ਹਕੀਰ ਦਾ ਨਾਂ ਸੀ, ਸ਼ਾਹ ਸਾਹਿਬ ਹੋਣੀ ਦੁਆ ਕਰੇ ਸਨ, ਮੈਂ ਸੈਯਦ ਹਾਂ, ਮੌਲਾ ਦਾ ਤਾਜ਼ਾ ਦਵਾਰ ਹਾਂ, ਦੁਆ ਪਿਆ ਕਰੇਨਾ ਅਮੜੀ ਹੁਸੈਨ ਦੀ ਤੁਹਾ ਕੋਈ ਇਸੇ ਸਾਲ ਇਤਨਾ ਰਿਜ਼ਕ ਅਤਾ ਫਰਮਾਵੇ, ਜੋ ਦੀਆਂ ਬਹਿਣੀ ਨਾਰ ਲਾ ਕੇ ਤੋੜ ਵਾਂਗ ਕੇ ਮੁਕਾਉਣ ਲਿਆਓ। ਤੁਹਾਡੀ ਅੱਖ ਜਾਣੇ ਅਤੇ ਆਲੀਆ ਜਾਣੇ, ਸ਼ਰੀਫਾਂ ਦਾ ਜ਼ਿਕਰ ਹੈ, ਕੋਈ ਫਜ਼ੈਲ ਦਾ ਟਾਈਮ ਨਹੀਂ, ਸ਼ਰੀਫ ਰੋਵਣ ਆਏ ਬੈਠੇ ਨੇ। ਮੌਲਾ ਤੁਹਾਡੀ ਜ਼ਿੰਦਗੀ ਦਰਾਜ਼ ਫਰਮਾਵੇ। ਮੈਂ ਕੋਈ ਜ਼ਾਕਿਰ ਨਾ ਮੇਰੀ ਜੁਰਾਤ ਜ਼ਾਕਿਰ, ਮੇਰੀ ਕਿਆ ਜੁਰਾਤ ਹੈ ਜਿਹਦਾ ਜ਼ਾਕਿਰ ਖੁਦ ਪਾਕ ਅੱਲਾਹ ਹੋਵੇ। ਦੂਜਾ ਜ਼ਾਕਿਰ ਮੇਰੇ ਮੌਲਾ ਦਾ ਉਹ ਪੁੱਤਰੇ ਜਿਹੜਾ 40 ਸਾਲ ਰਾਤ ਰੁਨਾ ਹੈ। ਮੈਂ ਨਾ ਕਰਾਂ ਜ਼ਿੰਦਗੀ ਦਰਾਜ਼ ਵੀ। ਦੂਜਾ ਜ਼ਾਕਿਰ ਉਹ ਹੈ ਜਿਹੜਾ 40 ਸਾਲ ਰਾਤ ਰੁਨਾ ਹੈ। ਤੀਜੀ ਜ਼ਾਕਰਾ ਮੇਰੇ ਮੌਲਾ ਦੀ ਉਹ ਭੈਣ ਹੈ ਜਿਹੜੀ ਸ਼ਾਮ ਦੇ ਬਾਜ਼ਾਰਾਂ 'ਚ ਦਰਬਾਰਾਂ 'ਚ ਖੁਤਬੇ ਪੜ੍ਹ ਕੇ ਦੱਸ ਗਈ, ਲੋਗੋ ਵਧਾ ਵੀਰ ਬਾਗੀ ਨਹੀਂ ਨਮਾਜ਼ੀ ਏ। ਭਲਾ ਹੋਈ ਜ਼ਿੰਦਗੀ ਦਰਾਜ਼ ਹੋਈ। ਮੈਂ ਨੌਕਰ ਹਾਂ ਜ਼ਿੰਦਗੀ ਦਰਾਜ਼ ਹੋਈ। ਭਲਾ ਹੋਈ ਸਹਿਣ ਰਾਜ਼ੀ। ਦੂਜਾ ਜ਼ਾਕਿਰ ਮੇਰੇ ਮੌਲਾ ਦਾ ਉਹ ਹੈ ਜਿਹਦੀ ਸ਼ਹਾਦਤ ਮਨਾਈ ਬੈਠੇ, ਅੱਲਾ ਜ਼ਿੰਦਗੀ ਦਰਾਜ਼ ਫਰਮਾਵੇ। ਇੱਕ ਸਾਲ ਨਹੀਂ 40 ਸਾਲ ਰਾਤ ਰੁਨਾ। ਤੀਜੀ ਜ਼ਾਕਰਾ ਮੇਰੇ ਮੌਲਾ ਦੀ ਉਹ ਭੈਣ ਏ ਜਿਹੜੀ ਸ਼ਾਮ ਦੇ ਬਾਜ਼ਾਰਾਂ 'ਚ ਦਰਬਾਰਾਂ 'ਚ ਖੁਤਬੇ ਪੜ੍ਹ ਕੇ ਦੱਸ ਗਈ, ਲੋਗੋ ਮੇਰਾ ਵੀਰ ਬਾਗੀ ਨਹੀਂ ਨਵਾਜ਼ੀ ਏ। ਭਲਾ ਹੋਈ ਮਨਸ ਅੱਲਾ ਜ਼ਿੰਦਗੀ ਦਰਾਜ਼ ਫਰਮਾਵੀ। ਇਹ ਮਾਸੂਮ ਰੋਂਦੇ ਬੈਠੇ ਹਨ, ਮਿੰਬਰ ਦੀ ਕਸਮ ਏ, ਜਿੰਨਾ ਤੂੰ ਮਲੂਮ ਥੀਂਦਾ ਕਹਿ ਮਾਸੂਮ ਦਾ ਰੂਹ ਮੌਜੂਦ ਏ। ਅੱਲਾ ਜ਼ਿੰਦਗੀ ਦਰਾਜ਼ ਫਰਮਾਵੀ, ਸਹਿਣ ਰਾਜ਼ੀ ਹੋਵੀ। ਸ਼ਾਹ ਜੀ ਹਰ ਜਾਤ ਸਹੀ ਇਰਾਦਾ, ਤੇਰੀ ਦਾਦੀ ਦੀ ਕਸਮ ਏ, ਹਰ ਬੰਦਾ ਪਰਦੇਦਾਰ ਨਾਲ ਲਾ ਕੇ ਨਹੀਂ ਵਹਿੰਦਾ, ਪਰਦੇਦਾਰ ਉੱਤੇ ਨਾਲ ਲਾ ਕੇ ਵਹਿੰਦਾ ਜਿੱਥੋਂ ਨਿਭਦੀ ਨਾ ਹੋਵੇ। ਭਲਾ ਹੋਈ ਜ਼ਿੰਦਗੀ ਦਰਾਜ਼ ਹੋਵੀ। ਹਰ ਜਾਤ ਹਰ ਸ਼ਰੀਫ ਪਰਦੇਦਾਰ ਨਾਲ ਲਾ ਕੇ ਨਹੀਂ ਵਹਿੰਦਾ, ਪਰਦੇਦਾਰ ਉੱਤੇ ਨਾਲ ਲਾ ਕੇ ਵਹਿੰਦੇ ਜਿੱਥੋਂ ਨਿਭਦੀ ਨਾ ਹੋਵੇ। ਇਹ 1400 ਸਾਲ ਤੀ ਗਏ ਸੈਯਦਾਦਾ, ਰਾਤ ਦੀਆਂ ਆਜ਼ਾ ਰੋਂਦੇ ਵਧਿਆ ਏ, ਕਿਹੜਾ ਦਰਦ ਏ ਕੌਮ ਸ਼ੀਆ ਨੂੰ, ਨਾ ਇੱਥੇ ਭੁੱਲ ਸਕਦਾ ਹੈ, ਨਾ ਕਬਰੇ 'ਚ, ਨਾ ਹਸ਼ਰੇ 'ਚ, ਦੂ ਦਰਦ ਏ ਕਿਹੜਾ ਕਿਹੜਾ, ਮਾਂ ਦਾ ਦਰਬਾਰ 'ਚ ਵੰਜਣਾ, ਧੀ ਦਾ ਬਾਜ਼ਾਰ 'ਚ ਵੰਜਣਾ। ਭਲਾ ਹੋਈ ਮੈਂ ਨਾ ਕਰਾਂ ਜ਼ਿੰਦਗੀ ਦਰਾਜ਼ ਹੋਵੀ। ਅੱਲਾ ਤੁਹਾਡੀ ਜ਼ਿੰਦਗੀ ਦਰਾਜ਼ ਫਰਮਾਵੇ। ਦੂ ਦਰਦ ਏ ਕਿਹੜਾ ਕਿਹੜਾ, ਮਾਂ ਦਾ ਦਰਬਾਰ 'ਚ ਵੰਜਣਾ, ਧੀ ਦਾ ਬਾਜ਼ਾਰ 'ਚ ਵੰਜਣਾ। ਸੋਹਣੀ ਤਵੱਜੋ ਕੀਤੀ ਏ ਸ਼ਾਹ ਜੀ, 1984 ਸੁਬਹ ਦੀ ਨਮਾਜ਼ ਪੜ੍ਹੀਏ, ਮੈਂ ਸ਼ਾਇਰੀ ਨਾ ਅਤੇ ਇਵੇਂ ਦਿਲ 'ਚ ਖਿਆਲ ਆਏ, ਜੋ ਦੀਨ 'ਤੇ ਖਰਚਾ ਕਹਿੰਦਾ ਤੇ ਦੀਨ ਪਾਏ ਤਕਮੀਲ ਤੱਕ ਕਿਵੇਂ ਪਹੁੰਚੇ, ਸਾਕੂ ਇੱਜ਼ਤ ਅਜ਼ਮਤ ਕਿਵੇਂ ਮਿਲੀਏ। ਜੇ ਤੁਹਾਡੀ ਤਵੱਜੋ ਹੋਵੇ, ਮਜਲਿਸ ਦਾ ਜਿਵੇਂ ਮਾਹੌਲ ਬਣ ਗਏ, ਜੇ ਇਸੇ ਰੁਬਾਈ 'ਤੇ, ਰੁਬਾਈ ਦੀ ਰੁਬਾਈ ਹੈ, ਮਸਾਹਿਬ ਦਾ ਮਸਾਹਿਬ ਹੈ, ਤਾਂ ਇਨਸ਼ਾਅੱਲਾ ਮਜਲਿਸ ਹੋ ਸਕਦੀ ਹੈ, ਇੱਥਾਂ ਹੀ ਮੁੱਕ ਵੰਜੇ। ਮੈਂ ਰੋਜ਼ ਰੋਂਦੇ ਬੈਠੇ, ਅੱਲਾ ਤੁਹਾਡੀਆਂ ਜ਼ਿੰਦਗੀ ਦਰਾਜ਼ ਫਰਮਾਵੇ। ਸਹੀਦਾ ਦਾਦਾ ਮੈਂ ਪਿਆਦਾ ਲਗਾ ਦੀਨ ਅਤੇ ਮਾਲ ਖਤੀਜਾ ਦਾ ਔਲਾਦ ਰੁਲੀ ਜ਼ਹਰਾ ਦੀ। ਭਲਾ ਹੋਈ ਮੈਂ ਨਾ ਕਰਾਂ ਸਹੀ ਦਾਦਾ, ਅੱਲਾ ਜ਼ਿੰਦਗੀ ਦਰਾਜ਼ ਫਰਮਾਵੀ। ਲਗਾ ਦੀਨ ਤੇ ਮਾਲ ਖਤੀਜਾ ਦਾ ਔਲਾਦ ਰੁਲੀ ਜ਼ਹਰਾ ਦੀ, ਸਕ ਇੱਜ਼ਤਦਾਰ ਬਣਾ ਗਈ ਏ ਇਹ ਭੇਡ ਸ਼ਰੀਫ ਬਿਰਾ ਦੀ। ਭਲਾ ਹੋਈ ਮੈਂ ਨਾ ਕਰਾਂ ਜਵਾਨੀਆਂ ਮਾਣੇ, ਮੈਂ ਨਾ ਕਰਾਂ ਬਜ਼ੁਰਗ, ਅੱਲਾ ਜ਼ਿੰਦਗੀ ਦਰਾਜ਼ ਫਰਮਾਵੀ। ਲਗਾ ਦੀਨ ਤੇ ਮਾਲ ਖਤੀਜਾ ਦਾ ਔਲਾਦ ਰੁਲੀ ਜ਼ਹਰਾ ਦੀ, ਸਕ ਇੱਜ਼ਤਦਾਰ ਬਣਾ ਗਈ ਏ ਇਹ ਭੇਡ ਸ਼ਰੀਫ ਬਿਰਾ ਦੀ। ਹੱਥ ਕੀ ਬਣੇਂਦਾ ਮੇਰਾ ਪੁੱਤਰ, ਅੱਲਾ ਤੇਰੀ ਜ਼ਿੰਦਗੀ ਦਰਾਜ਼ ਫਰਮਾਵੇ। ਮੋ ਤੇਰੀ ਕੋਈ ਮਜਬੂਰੀ ਤਾਂ ਨਹੀਂ, ਮਜਬੂਰੀ ਆਈ ਅਕਬਰ ਦੀ ਭੇਣ ਦੀ, ਜਿਹੜੀ ਹਰ ਕਚਾਵੇ ਦੇ ਨਾਲ ਆਦੀ ਆਈ, ਤੁਹਾਡੇ ਕੋਈ ਤਗਿੱਦੀ ਬਣਿਓ ਆ। ਭਲਾ ਹੋਈ ਮੈਂ ਨਾ ਕਰਾਂ, ਲਗਾ ਦੀਨ ਤੇ ਮਾਲ ਖਤੀਜਾ ਦਾ ਔਲਾਦ ਰੁਲੀ ਜ਼ਹਰਾ ਦੀ, ਸਕ ਇੱਜ਼ਤਦਾਰ ਬਣਾ ਗਈ ਏ ਇਹ ਭੇਣ ਸ਼ਰੀਫ ਭਿਰਾ ਦੀ। ਰੋਣ ਵਾਲੀ ਗੱਲ ਕਿਹੜੀ ਏ, ਤੁਹਾਡੇ ਵਸਤੀ ਰਸਤੀ ਉਜੜ ਗਈ, ਅਬਾਸ ਦੀ ਮੁਰਸ਼ਦਾ ਦੀ, ਇਸਲਾਮ ਨੂੰ ਤਾਜ ਪਵਾ ਗਈ ਏ, ਲੁਟਵਾ ਕੇ ਚਾਦਰ ਮਾ ਦੀ।
ਭਲਾ ਹੋਈ, ਮੈਂ ਨਾ ਘਰਾਂ ਜ਼ਿੰਦਗੀ ਦਰਾਜ਼ ਹੋ ਗਈ। ਲਗਤ ਇੰਤਮਾਲ ਖਤੀਜਾ ਦਾ ਔਲਾਦ ਰੁਲੀ ਜ਼ਹਰਾ ਦੀ, ਤਕਜ਼ਾ ਦਾਰ ਬਣਾ ਗਈ ਏ ਭੇਣ ਸ਼ਰੀਫ ਬਿਰਾ ਦੀ, ਕਿਬਲਾ ਤੁਹਾਡੇ ਵਸਤੀ ਰਸਤੀ ਉਜੜ ਗਈ, ਅਬਾਸ ਦੀ ਮੁਰਸ਼ਦਾ ਦੀ, ਇਸਲਾਮ ਨੂੰ ਤਾਜ ਪਵਾ ਗਈ ਏ ਲੁਟਵਾ ਕੇ ਚਾਦਰ ਮਾ ਦੀ, ਭਲਾ ਹੋਈ। ਇੱਕ ਬੰਦ ਪੜ੍ਹਦਾ, ਅੱਲਾ ਤੇਰੀ ਮੁਕਵਾਨ ਕਬੂਲ ਫਰਮਾਵੇ, ਮਿੰਬਰ ਭਾਈਆਂ ਦੇ ਹਵਾਲੇ, ਅੱਲਾ ਜ਼ਿੰਦਗੀ ਦਰਾਜ਼ ਫਰਮਾਵੀ, ਸਿਵਾਏ ਸਾਹਬੇ ਸ਼ਬੀਰ ਦੇ ਦੁਨੀਆਂ ਦਾ ਕੋਈ ਕੰਮ ਨਾ ਦੇਖ। ਉਹ ਗਜੂਰ ਸ਼ੀਆ ਮਾਈ ਦਰਬਾਰ ਚ ਗਈ ਏ, ਧੀ ਦਰਬਾਰ ਚ ਗਈ, ਭਲਾ ਹੋਈ ਭਲਾ ਹੋਈ। ਅੱਲਾ ਧੀਆਂ ਦੇ ਪਰਦੇ ਸਲਾਮਤ ਰੱਖੀ। ਜਦੋਂ ਮਾਂ ਦਰਬਾਰ ਚ ਗਈ ਏ ਉਹ ਸਹਾਬੀਆਂ ਦਾ ਦਰਬਾਰ ਆਈ, ਜਦਾਂ ਧੀ ਦਰਬਾਰ ਚ ਗਈ ਉਹ ਸ਼ਰਾਬੀਆਂ ਦਾ ਦਰਬਾਰ ਆਈ, ਭਲਾ ਹੋਈ। ਮੈਂ ਨੌਕਰਾਂ ਜਵਾਨੀਆਂ ਮਾਣੇ, ਅੱਲਾ ਜ਼ਿੰਦਗੀ ਦਰਾਜ਼ ਫਰਮਾਵੀ। ਮਾਈ ਦਰਬਾਰ ਚ ਗਈ, ਧੀ ਦਰਬਾਰ ਚ ਗਈ, ਜਦਾਂ ਮਾਂ ਦਰਬਾਰ ਚ ਗਈ ਏ ਉਹ ਸਹਾਬੀਆਂ ਦਾ ਦਰਬਾਰ ਆਈ, ਜਦਾਂ ਧੀ ਦਰਬਾਰ ਚ ਗਈ ਉਹ ਸ਼ਰਾਬੀਆਂ ਦਾ ਦਰਬਾਰ ਆਈ। ਉਹ ਗਜੂਰ ਸ਼ੀਆ ਮਾਂ ਦੇ ਨਾਲ ਹੀ ਡੂ ਗਵਾਹ ਆਇਨ, ਦੋਹੇ ਇਮਾਮ ਆਇਨ, ਦੋਹੇ ਮਸੂਮ ਆਇਨ, ਧੀ ਦੇ ਨਾਲ ਹੀ ਡੂ ਗਵਾਹ, ਦੋਹੇ ਇਮਾਮ, ਦੋਹੇ ਮਸੂਮ, ਫਰਕ ਕਿਤਨਾ ਹੈ। ਮਾਂ ਦੇ ਗਵਾਹ ਆਜ਼ਾਦ ਆਇਨ, ਧੀ ਦੇ ਗਵਾਹ ਇੱਕ ਹੱਥ ਕੜੀ ਚ ਕੈਦ ਆਇਨ, ਭਲਾ ਹੋਈ ਭਲਾ ਹੋਈ। ਮੈਂ ਨਾ ਘਰਾਂ ਜ਼ਿੰਦਗੀ ਦਰਾਜ਼ ਹੋਈ। ਮਾਂ ਦੇ ਗਵਾਹ ਆਜ਼ਾਦ ਆਇਨ, ਧੀ ਦੇ ਗਵਾਹ ਇੱਕ ਹੱਥ ਕੜੀ ਚ ਕੈਦ ਆਇਨ। ਸੋਹਣੀ ਮੁਕਾਨ ਦਿੱਤੀ ਆਈ, ਬੰਦ ਪੜ ਕੇ ਮਿੰਬਰ ਛੁੜੇਨਾ, ਅੱਲਾ ਜ਼ਿੰਦਗੀ ਦਰਾਜ਼ ਫਰਮਾਵੀ। ਇਸਲਾਮ ਦੇ ਜੋ ਦਰਬਾਰਾਂ ਵਿੱਚੋ ਬੀਬੀਆਂ ਪੇਸ਼ ਨ ਥਈਆ, ਇੱਕ ਧੀ ਨਬੀ ਦੀ ਦੂਜੀ ਧੀ ਅਲੀ ਦੀ, ਹਿੰਨ ਦੋਹੇ ਮਾਵਾਂ ਦੀਆਂ, ਭਲਾ ਹੋਈ। ਅੱਲਾ ਜ਼ਿੰਦਗੀ ਦਰਾਜ਼ ਫਰਮਾਵੀ। ਰੋਣ ਵਾਲੀ ਗੱਲ ਕਿਹੜੀ ਏ, ਰੋਂਦੇ ਕਿਉਂ ਅਧਿਆ ਏ? ਇੱਕ ਤ੍ਰਾਏ ਘੰਟੇ ਬਈ ਤ੍ਰਾਏ ਦੀ ਪੂਰੇ ਨਰਵਾਰ ਨੀਆਂ ਰਹੀਆਂ, ਜਦਾਂ ਮੌਤ ਆਈ ਹਨ ਨੂੰ ਜ਼ਖਮੀ ਵਾ ਤਾਈ ਕਫਨ ਚ ਰੋਂਦੀਆਂ ਰਹੀਆਂ। ਨਿਆਜ਼ ਹੁਸੈਨ ਟਾਈਮ ਨਹੀਂ ਅੱਲਾ ਅੱਲਾ।